ਵਿਆਹ ਤੋਂ ਬਾਅਦ ਇੱਕ ਕੁੜੀ ਕਈ ਰਿਸ਼ਤਿਆਂ 'ਚ ਬਦਲ ਜਾਂਦੀ ਹੈ। ਸਭ ਤੋਂ ਪਿਆਰਾ ਅਤੇ ਹਸੀਨ ਰਿਸ਼ਤਾ ਹੁੰਦਾ ਹੈ ਇੱਕ ਮਾਂ ਦਾ। ਜਦੋਂ ਕੁੜੀ ਮਾਂ ਬਣਦੀ ਹੈ ਤਾਂ ਮੰਨਿਆ ਜਾਂਦਾ ਹੈ ਕਿ ਉਸਦਾ ਧਰਤੀ 'ਤੇ ਦੂਜਾ ਜਨਮ ਹੋਇਆ ਹੈ। ਪਰ ਹੁਣ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਮਾਂ ਦਾ ਆਪਣੀ ਧੀ ਨਾਲ ਰਿਸ਼ਤਾ ਉਦੋਂ ਬਦਲ ਗਿਆ ਜਦੋਂ ਉਸਦੇ DNA ਟੈਸਟ ਦੀ ਰਿਪੋਰਟ ਸਾਹਮਣੇ ਆਈ। ਇਹ ਰਿਸ਼ਤੇ ਨੇ ਡਾਕਟਰਾਂ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ। ਕੋਲੰਬੀਆ ਦੇ ਇੰਸਟੀਟਿਊਟ ਆਫ ਜੈਨੇਟਿਕਸ ਦੇ ਫੋਰੈਂਸਿਸ ਮਾਹਿਰ ਰਿਪੋਰਟ ਦੇਖ ਕੇ ਹੈਰਾਨ ਰਹਿ ਗਏ। ਉਹਨਾਂ ਦੇ ਸਮਝੋ ਬਾਹਰ ਹੈ, ਇਹ ਰਿਪੋਰਟ ਆਈ ਹੈ। ਮਾਹਿਰਾਂ ਨੇ ਜਾਂਚ ਤੋਂ ਬਾਅਦ ਪਾਇਆ ਕਿ ਉਸਦੀ ਮਾਂ ਅਸਲੀ ਮਾਂ ਨਹੀਂ ਸਗੋਂ ਉਸਦੀ ਧੀ ਦੀ ਮਾਮਾ ਹੈ, ਜਿਹਨਾਂ ਕਿ ਉਸਦੇ ਪਿਤਾ ਅਨੁਸਾਰ ਉਸਨੇ ਬੱਚੇ ਨੂੰ ਜਨਮ ਦਿੱਤਾ ਹੈ। ਚੀਜ਼ਾਂ ਹੋਰ ਵੀ ਅਜੀਬ ਹੋ ਗਈਆਂ ਨੇ ਜਦੋਂ ਦੂਜੇ ਨਤੀਜਿਆਂ ਨੂੰ ਦੇਖੀਏ ਤਾਂ ਲੜਕੀ ਦੇ ਪਿਤਾ ਨੇ ਅਸਲ ਵਿੱਚ ਉਸਨੂੰ ਜਨਮ ਨਹੀਂ ਦਿੱਤਾ। ਇਸ 'ਤੇ ਪਿਤਾ ਗੁੱਸੇ 'ਚ ਆ ਗਏ ਅਤੇ ਹਸਪਤਾਲ 'ਤੇ ਹੀ ਸਵਾਲ ਖੜ੍ਹੇ ਕਰ ਦਿੱਤੇ। ਕਿਸੇ ਨੇ ਨਤੀਜੇ ਬਦਲ ਦਿੱਤੇ ਨੇ, ਇਹ ਕਿਵੇਂ ਹੋ ਸਕਦਾ ਹੈ? ਇਹ ਜਾਣ ਕੇ ਮਾਹਿਰ ਵੀ ਹੈਰਾਨ ਨੇ। ਵਾਸ਼ਿੰਗਟਨ DC 'ਚ ਹੋਏ ਇੱਕ ਅੰਤਰਰਾਸ਼ਟਰੀ ਸੈਮੀਨਾਰ 'ਚ ਸੰਸਥਾ ਦੇ ਫੋਰੈਂਸਿਕ ਮਾਹਿਰ ਜ਼ੁਆਨ ਜੂਨਸ ਨੇ ਦੱਸਿਆ ਕਿ ਪਹਿਲਾਂ ਤਾਂ ਸਾਡਾ ਸਿਰ ਵੀ ਘੁੰਮ ਗਿਆ ਸੀ ਕਿਉਂਕਿ ਪਹਿਲੀ ਵਾਰ ਕਿਸੇ ਮਟਿਆਰ ਦੇ ਜੈਨੇਟਿਕ ਟੈਸਟ ਵਿੱਚ ਅਜਿਹੀ ਰਿਪੋਰਟ ਸਾਹਮਣੇ ਆਈ ਹੈ। DNA ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਮਾਹਿਰਾਂ ਨੇ ਕਈ ਅਹਿਮ ਸਿੱਟੇ ਕੱਢੇ। ਮਾਂ ਦੇ ਲੈ ਕੇ ਖੂਨ ਦੇ ਨਮੂਨਿਆਂ ਤੋਂ ਪਤਾ ਚੱਲਦਾ ਹੈ ਕਿ ਉਹ ਔਰਤ ਨਹੀਂ ਸੀ। ਉਸਦੇ ਨਮੂਨਿਆਂ 'ਚ ਔਰਤਾਂ ਵਿੱਚ ਪਾਏ ਜਾਣ ਵਾਲੇ XX ਕ੍ਰੋਮੋਸੋਮ ਦੀ ਬਜਾਏ ਜੈਵਿਕ ਪੁਰਸ਼ਾਂ ਦੇ XY ਕ੍ਰੋਮੋਸੋਮ ਸਨ। ਇਸ ਨੂੰ ਮੈਡੀਕਲ ਭਾਸ਼ਾ ਵਿੱਚ ਮੈਟਰਨਲ ਐਕਸਕਲੂਸ਼ਨ ਕਿਹਾ ਜਾਂਦਾ ਹੈ। ਮਾਹਿਰਾਂ ਦੇ ਅਨੁਸਾਰ ਕੁਝ ਅਜਿਹੀਆਂ ਅੰਤਰਲਿੰਗੀ ਔਰਤਾਂ 'ਚ XY ਕ੍ਰੋਮੋਸੋਮ ਹੋਣ ਕਾਰਨ ਉਹਨਾਂ ਨੂੰ ਬਾਂਝਪਣ ਦੀ ਸਮੱਸਿਆ ਹੁੰਦੀ ਹੈ। DNA ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਕਿ ਲੜਕੀ ਦਾ ਕਥਿਤ ਪਿਤਾ ਅਸਲ ਵਿੱਚ ਉਸਦਾ ਪਿਤਾ ਨਹੀਂ ਸੀ। ਇਹ ਮਾਪਿਆਂ ਦੀ ਬੇਦਖਲੀ ਦਾ ਨਤੀਜਾ ਸੀ। ਹਾਲਾਂਕਿ ਬਾਅਦ 'ਚ ਖੂਨ ਦੀ ਜਾਂਚ 'ਚ ਪਿਤਾ ਦੀ ਰਿਪੋਰਟ ਅਲੱਗ ਆਈ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।